ਹੈਡਲਾਈਨਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡੇ ਨਾਲ ਅਮਿਤ ਕੁਮਾਰ। ਅੱਜ ਕੀ ਹੋਇਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਗੱਲਬਾਤ ਕਰਦੇ ਹਾਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਤੇ। ਸਭ ਤੋਂ ਪਹਿਲਾਂ ਵੱਡੀ ਖਬਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਕਰ ਲੈਂਦੇ ਹਾਂ। PSEB ਦਾ ਨਵਾਂ ਕਾਰਨਾਮਾ ਨਿਕਲ ਕੇ ਸਾਹਮਣੇ ਆਇਆ। ਇੱਥੋਂ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਪ੍ਰੀ ਮੈਟ੍ਰਿਕ SC ਸਕਾਲਰਸ਼ਿਪ ਦੇ ਜਿਹੜੇ ਵਜ਼ੀਫੇ ਹੁੰਦੇ ਹੈਗੇ ਆ ਉਹ ਵਿਦਿਆਰਥੀਆਂ ਦੇ ਖਾਤੇ 'ਚ ਗਲਤੀ ਦੇ ਨਾਲ ਦੁੱਗਣੇ ਪਾ ਦਿੱਤੇ ਗਏ। ਮੰਨ ਲਓ ਜੇ 10,000 ਵਜ਼ੀਫਾ ਤਾਂ ਇਹਨਾਂ ਦੇ ਵੱਲੋਂ ਗਲਤੀ ਦੇ ਨਾਲ ਇੱਕ ਵਿਦਿਆਰਥੀ ਦੇ ਖਾਤੇ ਦੇ ਵਿੱਚ 20,000 ਰੁਪਇਆ ਵਜ਼ੀਫਾ ਪਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜਦੋਂ ਵਿਭਾਗ ਨੂੰ ਇਸ ਗਲਤੀ ਦੇ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਹੁਣ ਅੱਗੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਲਿਖੇ ਗਏ ਨੇ, ਲੈਟਰ ਜਾਰੀ ਕੀਤਾ ਗਿਆ ਕਿ ਅਧਿਆਪਕਾਂ ਨੂੰ ਕਿਹਾ ਜਾਵੇ ਕਿ ਉਹਨਾਂ ਦੇ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ SC ਉਹਨਾਂ ਨੂੰ ਜਿਹੜੇ ਵਜ਼ੀਫੇ ਦੇ ਪੈਸੇ ਆਏ ਨੇ ਉਹ ਵਾਪਸ ਸਕੂਲ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਅਤੇ ਉਸ ਤੋਂ ਬਾਅਦ PSEB ਨੂੰ ਮੋੜੇ ਜਾਣ। ਹੁਣ ਵਾਰ ਵਾਰ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਹੈਗੇ ਨੇ ਸਰਕਾਰੀ ਅਧਿਆਪਕਾਂ ਨੂੰ ਦਬਾਅ ਦੇ ਵਿੱਚ ਲੈ ਕੇ ਆ ਰਹੇ ਨੇ, ਪ੍ਰੈਸ਼ਰਾਈਜ਼ ਉਹਨਾਂ ਨੂੰ ਕਰ ਰਹੇ ਨੇ ਅਤੇ ਜਿਹੜੇ ਅਧਿਆਪਕ ਨੇ ਅੱਗੇ ਉਹ ਮਾਪਿਆਂ ਨੂੰ ਬੱਚਿਆਂ ਦੇ ਫੋਨ ਲਗਾ ਰਹੇ ਨੇ ਕਿ ਜਿਹੜੇ ਪੈਸੇ ਤੁਹਾਡੇ ਕੋਲ ਦੁੱਗਣੇ ਆਏ ਸੀ ਗਲਤੀ ਦੇ ਨਾਲ 100% ਪੂਰੇ ਵੱਧ ਆ ਗਏ ਸੀ ਉਹ ਵਾਪਸ ਕਰ ਦਿੱਤੇ ਜਾਣ, ਪਰ ਮਾਪਿਆਂ ਦਾ ਅੱਗੇ ਜਵਾਬ ਇਹ ਹੈ ਕਿ ਉਹ ਪੈਸੇ ਖਰਚ ਲਏ ਗਏ ਹਨ, ਅਗਲੀ ਵਾਰ ਜਦੋਂ ਉਹਨਾਂ ਕੋਲ ਪੈਸੇ ਹੋਣਗੇ ਤਾਂ ਜਮ੍ਹਾਂ ਕਰਵਾ ਦਿੱਤੇ ਜਾਣਗੇ। ਤਾਂ ਇਹ ਸਭ ਨੂੰ ਲੈ ਕੇ ਲਗਾਤਾਰ ਅਧਿਆਪਕਾਂ ਤੇ ਬੋਝ ਪਾਇਆ ਜਾ ਰਿਹਾ। ਇਹ ਵੀ ਕਿਹਾ ਜਾ ਸਕਦਾ ਕਿ ਹੁਣ ਅਸਿੱਧੇ ਤੌਰ ਤੇ ਅਧਿਆਪਕਾਂ ਦੇ ਕੋਲੋਂ ਵਸੂਲੀ ਉਗਰਾਹੀ ਕਰਨ ਦੀ ਕੋਸ਼ਿਸ਼ ਵਿਭਾਗ ਕਰ ਰਿਹਾ ਹੈ ਤੇ ਇਹ ਸਭ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਸੁਚੇਤ ਕੀਤਾ ਗਿਆ, ਚੇਤਾਵਨੀ ਦਿੱਤੀ ਗਈ ਹੈ PSEB ਨੂੰ ਕਿ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਵਿਭਾਗ ਦੀ ਗਲਤੀ ਹੈ, ਵਿਭਾਗ ਆਪਣੀ ਇਸ ਗਲਤੀ ਨੂੰ ਖੁਦ ਸੁਧਾਰੇ। ਜ਼ਿਲ੍ਹਾ ਸਿੱਖਿਆ ਅਫਸਰ ਹੈਗੇ ਨੇ ਤਾਂ ਉਹਨਾਂ ਨਾਲ ਅਧਿਆਪਕ ਮਿਲ ਜੁਲ ਕੇ ਕੰਮ ਜ਼ਰੂਰ ਕਰ ਸਕਦੇ ਨੇ, ਪਰ ਦਬਾਅ ਨਾ ਪਾਇਆ ਜਾਵੇ, ਅਧਿਆਪਕਾਂ ਦੇ ਕੋਲੋਂ ਸਿੱਧੇ ਤੌਰ ਤੇ ਪੈਸਿਆਂ ਦੀ ਵਸੂਲੀ ਨਾ ਕੀਤੀ ਜਾਵੇ। ਤਾਂ ਹੁਣ ਇਸ ਸਮੇਂ ਦੇ ਵਿੱਚ ਇਹ ਤੁਹਾਡੇ ਸਾਹਮਣੇ ਨਿਕਲ ਕੇ ਗੱਲ ਸਾਹਮਣੇ ਆਈ ਹੈ ਕਿ SC ਪ੍ਰੀ ਮੈਟ੍ਰਿਕ ਵਜ਼ੀਫਾ ਇੱਕ ਤਰ੍ਹਾਂ ਦਾ ਇਹ ਨਵਾਂ ਕਾਰਨਾਮਾ ਵਿਭਾਗ ਦੇ ਵੱਲੋਂ ਕੀਤਾ ਗਿਆ, ਦੁੱਗਣੀ ਰਾਸ਼ੀ ਪਾ ਦਿੱਤੀ ਗਈ ਹੈ ਤੇ ਹੁਣ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਜਿਹੜੇ ਪੈਸੇ ਵੱਧ ਚਲੇ ਗਏ ਨੇ ਉਹ ਵਿਭਾਗ ਦੇ ਕੋਲ ਵਾਪਸ ਆ ਜਾਣ। ਹੁਣ ਅੱਗੇ ਗੱਲ ਮੋਗਾ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੀ ਡਾਕਟਰ ਅਮਨਦੀਪ ਕੌਰ ਦੀ ਕਰ ਲੈਂਦੇ ਹਾਂ। ਇਹਨਾਂ ਤੇ ਇਲਜ਼ਾਮ ਲਗਾਏ ਨੇ ਇਹਨਾਂ ਦੇ ਹੀ PA ਹਰਸ਼ ਅਰੇਨ ਹੋਰਾਂ ਨੇ ਕਿ ਫੋਨ ਕਰਕੇ ਧਮਕਾਇਆ ਗਿਆ, ਵਟਸਐਪ ਕਾਲ ਕੀਤੀ ਗਈ ਸੀ ਉਸ ਤੇ ਧਮਕਾਇਆ ਗਿਆ। ਹਰਸ਼ ਅਰੇਨ ਡਾਕਟਰ ਅਮਨਦੀਪ ਕੌਰ ਦਾ ਪਿਛਲੇ ਲੰਬੇ ਸਮੇਂ ਤੋਂ PA ਵੀ ਹੈ ਤੇ ਦੂਸਰਾ ਇਹ ਪ੍ਰਾਪਰਟੀ ਡੀਲਿੰਗ ਦਾ ਵੀ ਕੰਮ ਕਰਦਾ ਹੈ। ਇਸ ਮਾਮਲੇ ਦੇ ਵਿੱਚ ਇਹਨਾਂ ਦੋਵਾਂ ਦੇ ਹੁਣ ਸਿੰਘ ਫਸਦੇ ਹੋਏ ਦਿਖਾਈ ਦੇ ਰਹੇ ਨੇ। ਹਰਸ਼ ਅਰੇਨ ਹੋਰੀ ਡਾਕਟਰ ਅਮਨਦੀਪ ਯਾਨੀ ਕਿ ਵਿਧਾਇਕਾਂ ਦੇ ਖਿਲਾਫ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਆ ਉਹਨਾਂ ਨੇ। ਅਮਨਦੀਪ ਕੌਰ ਹੋਰਾਂ ਦੇ ਨਾਲ ਪੰਜ ਹੋਰਾਂ ਦੇ ਨਾਲ ਚਾਰ ਹੋਰ ਸਾਥੀ ਨੇ ਜਿਨ੍ਹਾਂ ਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਗਈ ਹੈ। ਹਾਲਾਂਕਿ ਇਹ ਦਾਅਵਾ ਪ੍ਰੈਸ ਕਾਨਫਰੰਸ ਕਰਕੇ ਹਰਸ਼ ਅਰੇਨ ਹੋਰਾਂ ਦੇ ਵੱਲੋਂ ਕੀਤਾ ਗਿਆ ਕਿ ਤਹਿਸੀਲ ਦੇ ਵਿੱਚ ਵਿਧਾਇਕਾਂ ਨੇ ਇਹ ਹੁਕਮ ਜਾਰੀ ਕੀਤੇ ਨੇ ਕਿ ਹਰਸ਼ ਅਰੇਨ ਦੀ ਜਿਹੜੀ ਵੀ ਪ੍ਰਾਪਰਟੀ ਆਉਂਦੀ ਹੈ ਉਹ ਰਜਿਸਟਰੀ ਉਸ ਤੇ ਨਾ ਕੀਤੀ ਜਾਵੇ। ਉਸ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਵਿਧਾਇਕਾਂ ਦਾ ਗੁੱਸਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਫੋਨ ਕਰਕੇ ਇਹਨਾਂ ਨੂੰ ਧਮਕਾ ਦਿੱਤਾ ਜਾਂਦਾ। ਉਸ ਤੋਂ ਬਾਅਦ ਹਰਸ਼ ਅਰੇਨ ਲਿਖਤੀ ਰੂਪ ਦੇ ਵਿੱਚ ਲੋਕਪਾਲ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਨੇ, ਨਾਲ ਉਹਨਾਂ ਦੇ ਚਾਰ ਸਾਥੀਆਂ ਦੇ ਹੋਰ ਖਿਲਾਫ ਤੇ ਲੋਕਪਾਲ ਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਹੋਰਾਂ ਦੇ ਵੱਲੋਂ ਹੁਣ ਨੋਟਿਸ ਅੱਜ ਜਾਰੀ ਕਰ ਦਿੱਤਾ ਗਿਆ ਤੇ 16 ਫਰਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। ਕਿਹਾ ਕਿ ਇਹ ਜੋ ਵੀ ਤੁਹਾਡੇ ਖਿਲਾਫ ਇਲਜ਼ਾਮ ਲੱਗ ਰਹੇ ਨੇ ਉਹਦੇ ਬਾਬਤ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸਾਹਮਣੇ ਪੇਸ਼ ਹੋਇਆ ਜਾਵੇ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਨੇ ਹਰਸ਼ ਅਰੇਨ ਹੋਰਾਂ ਦੇ ਵੱਲੋਂ, ਜੋ PA ਆ ਉਹਨਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਮੋਗਾ ਸ਼ਹਿਰ ਦੇ ਵਿੱਚ ਜਿਹੜੀ ਸ਼ਹੀਦ ਭਗਤ ਸਿੰਘ ਮਾਰਕੀਟ ਬਣ ਰਹੀ ਹੈ ਉੱਥੋਂ ਦੇ ਇੱਕ ਫਰੀਡਮ ਫਾਈਟਰ ਤੇ ਪੰਜਾਬ ਸਰਕਾਰ ਦੀ ਜ਼ਮੀਨ ਉਸ ਤੇ ਕਬਜ਼ਾ ਕੀਤਾ ਗਿਆ MLA ਅਮਨਦੀਪ ਕੌਰ ਹੋਰਾਂ ਦੇ ਵੱਲੋਂ ਤੇ ਇਹ ਇਲਜ਼ਾਮ ਕੋਈ ਛੋਟੇ ਮੋਟੇ ਇਲਜ਼ਾਮ ਨਹੀਂ ਹੈਗੇ, ਇਹ ਵੱਡੇ ਇਲਜ਼ਾਮ ਨੇ। ਜ਼ਮੀਨ ਹੜੱਪਣ ਦੇ
ਦੋਸ਼ ਲਗਾਏ ਗਏ ਨੇ। ਇਸ ਤੋਂ ਬਾਅਦ ਜਦੋਂ ਮੀਡੀਆ ਵੱਲੋਂ ਅਮਨਦੀਪ ਕੌਰ ਹੋਰਾਂ ਨਾਲ ਗੱਲਬਾਤ ਕੀਤੀ ਗਈ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਹਾਲੇ ਤੱਕ ਮੈਨੂੰ ਨੋਟਿਸ ਨਹੀਂ ਮਿਲਿਆ ਤੇ ਜਦੋਂ ਨੋਟਿਸ ਮਿਲੂਗਾ ਉਹ ਜ਼ਰੂਰ ਲੋਕਪਾਲ ਦੇ ਅੱਗੇ ਪੇਸ਼ ਹੋਣਗੇ। ਤੇ ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਮੋਗਾ ਤੋਂ ਡਾਕਟਰ ਅਮਨਦੀਪ ਕੌਰ ਪਹਿਲਾਂ ਨਗਰ ਕੌਂਸਲ ਦੇ ਦੌਰਾਨ ਸੁਰਖੀਆਂ ਦੇ ਵਿੱਚ ਸੀ, ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ 'ਤੇ ਲੱਗੇ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਸਰਕਾਰੀ ਜ਼ਮੀਨ ਹੜੱਪਣ ਦੇ ਇਲਜ਼ਾਮ ਇਹਨਾਂ ਦਾ ਹੀ ਪੀਏ ਇਹਨਾਂ ਨੂੰ ਖੁਦ ਲਗਾ ਰਿਹਾ ਅਤੇ ਉਸ ਤੋਂ ਬਾਅਦ ਡਰੋਨ ਧਮਕਾਉਣ ਦਾ ਵੀ ਇਲਜ਼ਾਮ ਲਗਾ ਰਿਹਾ। ਅੱਜ ਹੁਸ਼ਿਆਰਪੁਰ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਹੁੰਚੇ, ਉਹਨਾਂ ਦੇ ਵੱਲੋਂ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਨਾਲ ਉਹਨਾਂ ਦੇ ਸੁਨੀਲ ਜਾਖੜ ਸੀਗੇ, ਹੋਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਸੀਗੇ, ਭਾਜਪਾ ਦੀ ਹੋਰ ਲੀਡਰਸ਼ਿਪ ਵੀ ਮੌਜੂਦ ਸੀ, ਜਿਹੜੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਲੀਡਰ ਗਏ ਨੇ ਉਹ ਵੀ ਮੌਕੇ 'ਤੇ ਮੌਜੂਦ ਸੀ, ਸੁੰਦਰ ਸ਼ਾਮ ਅਰੋੜਾ ਹੋਰੀ। ਅਤੇ ਇਸ ਸਭ ਦੇ ਦੌਰਾਨ ਉਹਨਾਂ ਨੇ ਐਲਾਨ ਕੀਤਾ ਹੈ ਕਿ 4,000 ਕਰੋੜ ਪੰਜਾਬ ਦੇ ਵਿੱਚ ਇਨਵੈਸਟ ਕਰ ਰਹੇ ਨੇ, ਉਹ 29 ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਬਣਾ ਰਹੇ ਨੇ। ਉਹ ਹੁਣ ਫਗਵਾੜਾ ਅਤੇ ਹੁਸ਼ਿਆਰਪੁਰ ਦੇ ਦਰਮਿਆਨ ਜਿਹੜਾ ਰੋਡ ਜਾਂਦਾ ਸੀ, ਜਿਹੜਾ ਹਾਈਵੇ ਜਾਂਦਾ ਸੀ, ਉਸ ਨੂੰ 4 ਲੇਨ ਕਰ ਦਿੱਤਾ ਜਾਵੇਗਾ। ਇਹ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇਸ ਨੂੰ ਪਾਸ ਕੀਤਾ ਗਿਆ, ਨੀਂਹ ਪੱਥਰ ਅੱਜ ਰੱਖਿਆ ਗਿਆ। ਨਾਲ ਹੀ ਸੁਨੀਲ ਜਾਖੜ ਜੋ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਇਸ ਦੌਰਾਨ ਇਹਨਾਂ ਨੇ ਬੜੇ ਸੋਹਲੇ ਨਿਤਿਨ ਗਡਕਰੀ ਹੋਰਾਂ ਦੇ ਗਾਏ ਨੇ। ਉਹਨਾਂ ਨੇ ਕਿਹਾ ਕਿ ਹਰੇਕ ਬੱਚਾ ਨਿਤਿਨ ਗਡਕਰੀ ਨੂੰ ਆਪਣੇ ਮੰਤਰੀ ਦੇ ਵਜੋਂ ਜਾਣਦਾ ਹੈ। ਉਹ ਕਹਿੰਦੇ ਨੇ ਕਿ ਜਦੋਂ ਵੀ ਕੋਈ ਕਿਸੇ ਵੀ ਪਾਰਟੀ ਦਾ ਲੀਡਰ ਨਿਤਿਨ ਗਡਕਰੀ ਹੋਰਾਂ ਕੋਲ ਜਾਂਦਾ ਹੈ ਕੋਈ ਮੰਗ ਲੈ ਕੇ, ਤਾਂ ਨਿਤਿਨ ਗਡਕਰੀ ਪਾਰਟੀ ਨਹੀਂ ਦੇਖਦੇ, ਸਗੋਂ ਦੀ ਕੰਮ ਦੇਖਦੇ ਨੇ ਤੇ ਹਮੇਸ਼ਾ ਕੰਮ ਨੂੰ ਹਾਂ ਵੀ ਕਰਦੇ ਨੇ। ਇਹ ਕਈ ਤਰ੍ਹਾਂ ਦੇ ਸੋਹਲੇ ਗਾਏ ਗਏ ਸੁਨੀਲ ਜਾਖੜ ਹੋਰਾਂ ਦੇ ਵੱਲੋਂ। ਤੇ ਇਸ ਨਾਲ ਹੀ ਭਗਵੰਤ ਮਾਨ ਹੋਰਾਂ ਤੇ ਵੀ ਤੰਜ ਕੱਸਿਆ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਸਮਾਰੋਹ ਦੇ ਵਿੱਚ ਆਉਂਦੇ ਤਾਂ ਇੱਕ ਸੁਨੇਹਾ ਜਾਣਾ ਸੀ ਪੰਜਾਬੀਆਂ ਦੇ ਵਿੱਚ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਲਈ ਗੱਲ ਕੀਤੀ ਜਾ ਰਹੀ ਹੈ, ਪਰ ਭਗਵੰਤ ਮਾਨ ਹੋਰਾਂ ਦਾ ਠੰਡ ਦੇ ਮੌਸਮ ਕਰਕੇ ਹੈਲੀਕਾਪਟਰ ਸ਼ਾਇਦ ਉੱਡਿਆ ਨਹੀਂ, ਜਿਸ ਕਰਕੇ ਉਹ ਅੱਜ ਨਹੀਂ ਪਹੁੰਚ ਸਕੇ। ਤਾਂ ਇਹ ਵਿਕਾਸ ਪ੍ਰੋਜੈਕਟ ਨਿਤਿਨ ਗਡਕਰੀ ਹੋਰਾਂ ਦੇ ਵੱਲੋਂ ਐਲਾਨ ਕੀਤਾ ਗਿਆ, ਸੜਕਾਂ ਦਾ ਜਾਲ ਪੰਜਾਬ ਦੇ ਵਿੱਚ ਵਿਛਾਇਆ ਜਾ ਰਿਹਾ। ਹਾਲਾਂਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਜੋ ਬਣਾਇਆ ਗਿਆ ਉਹ ਪੰਜਾਬ ਦੀ ਨੁਹਾਰ ਬਦਲ ਦੇਗਾ ਤੇ ਆਉਂਦੇ ਸਮੇਂ ਦੇ ਵਿੱਚ ਇਨਫਰਾਸਟ੍ਰਕਚਰ ਪੰਜਾਬ 'ਚ ਹੋਰ ਮਜ਼ਬੂਤ ਹੋ ਜਾਏਗਾ। ਇਹਦੇ ਨਾਲ ਸਿਰਫ ਹੁਸ਼ਿਆਰਪੁਰ ਤੇ ਫਗਵਾੜਾ ਰੋਡ ਹੀ 4 ਲੇਨ ਨਹੀਂ ਹੋ ਜਾ ਰਿਹਾ, ਇਸ ਤੋਂ ਇਲਾਵਾ ਫਿਰੋਜ਼ਪੁਰ ਮਖੂ ਦਾ ਜਿਹੜਾ ਰੋਡ ਹੈ ਉਹ ਵੀ 4 ਲੇਨ ਕੀਤਾ ਜਾ ਰਿਹਾ, ਜਲੰਧਰ ਫਗਵਾੜਾ ਦਾ ਜਿਹੜਾ ਰੋਡ ਹੈ ਉਹ ਵੀ 4 ਲੇਨ ਕੀਤਾ ਜਾ ਰਿਹਾ। 29 ਨੈਸ਼ਨਲ ਹਾਈਵੇ ਐਸੇ ਨੇ ਜਿੱਥੇ 4,000 ਕਰੋੜ ਦੀ ਲਾਗਤ ਦੇ ਨਾਲ ਹਾਈਵੇ ਵਧਾਏ ਜਾਣਗੇ, 4 ਲੇਨ ਕੀਤੇ ਜਾਣਗੇ ਤੇ ਉਹਦੇ ਸਮੇਂ ਦੇ ਵਿੱਚ ਇਨਫਰਾਸਟ੍ਰਕਚਰ ਪੰਜਾਬ ਦਾ ਹੋਰ ਵਧੀਆ ਹੋ ਜਾਏਗਾ। ਅੱਗੇ ਗੱਲ ਕੁੰਵਰ ਵਿਜੇ ਪ੍ਰਤਾਪਪੁਰਾ ਦੀ ਕਰ ਲੈਂਦੇ ਹਾਂ। ਅਕਸਰ ਆਪਣੀ ਪਾਰਟੀ ਦਾ ਵਿਰੋਧ ਮੁੱਦਿਆਂ ਨੂੰ ਲੈ ਕੇ ਕਰਦੇ ਆਏ ਨੇ, ਇਹ ਨਹੀਂ ਕਿ ਭਗਤ ਟਾਈਪ ਗੱਲਾਂ ਕਰਦੇ ਨੇ ਜਾਂ ਇਹ ਨਹੀਂ ਕਿ ਸਿੱਧਾ ਵਿਰੋਧ ਕਰਦੇ ਨੇ, ਤਖਦਲੀਲਾ ਦੇ ਨਾਲ ਆਪਣੀ ਗੱਲ ਅੱਗੇ ਰੱਖਦੇ ਨੇ। ਤੇ ਇਸ ਵਾਰ ਫਿਰ ਉਹਨਾਂ ਨੇ ਆਪਣੇ ਸ਼ਹਿਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦਾ ਮੁੱਦਾ ਰੱਖਿਆ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਬੇਮਤਲਬੀ ਡਿਵਾਈਡਰ ਬਣਾਏ ਜਾ ਰਹੇ ਨੇ, ਬੇਮਤਲਬੀ ਸਪੀਡ ਬ੍ਰੇਕਰ ਲਗਾਏ ਜਾ ਰਹੇ ਨੇ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਇਹ ਸਿਰਫ ਤਾਂ ਕੀਤਾ ਜਾ ਰਿਹਾ ਕਿਉਂਕਿ ਇੱਥੋਂ ਦੇ ਕੁਝ ਅਧਿਕਾਰੀ ਆਪਣੇ ਨਿੱਜੀ ਹਿੱਤਾਂ ਨੂੰ ਦੇਖ ਕੇ ਜਾਂ ਫਿਰ ਭ੍ਰਿਸ਼ਟਾਚਾਰ ਪੈਸੇ ਉਹਨਾਂ ਕੰਮਾਂ ਦੇ ਵਿੱਚ ਘੁਰਾ ਕੇ ਕਮਾਉਣਾ ਚਾਹੁੰਦੇ ਨੇ। ਇਸ ਦੇ ਨਾਲ ਸ਼ਹਿਰ ਨੂੰ ਕੋਈ ਫਾਇਦਾ ਨਹੀਂ ਹੋਣਾ, ਸਗੋਂ ਦੀ ਪੁੱਠਾ ਜਾਮ ਲੱਗ ਰਹੇ ਨੇ। ਜੇਕਰ ਸ਼ਹਿਰ ਦੀ ਨੁਹਾਰ ਸੁਧਾਰਨੀ ਹੈ ਤਾਂ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਇਸ 'ਤੇ ਕੰਮ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗ੍ਰੀਨਰੀ ਸ਼ਹਿਰ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਣੀ ਬਹੁਤੇ ਲੋਕਾਂ ਨੂੰ ਪੀਣ ਯੋਗ ਨਹੀਂ ਮਿਲ ਰਿਹਾ, ਪਾਣੀ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ। ਸੀਵਰੇਜ ਦੀ ਸਮੱਸਿਆ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਹੈ, ਉਸ ਸਮੱਸਿਆ ਨੂੰ ਸਹੀ ਕਰਨਾ ਚਾਹੀਦਾ। ਉਹ ਬਕਾਇਦਾ ਸੜਕਾਂ 'ਤੇ ਉਤਰੇ ਅੰਮ੍ਰਿਤਸਰ ਸ਼ਹਿਰ ਦੀਆਂ, ਲੋਰੈਂਸ ਰੋਡ ਗਏ, ਕੋਟ ਜਿਹੜਾ ਕੋਟ ਰੋਡ ਹੈਗਾ ਜੇਕਰ ਆਪਾਂ ਗੱਲ ਕਰੀਏ, ਕੋਟ ਕੰਪਲੈਕਸ ਵਾਲਾ ਰੋਡ,
ਉੱਥੇ ਉਹ ਪਹੁੰਚੇ ਤੇ ਰੋਇਲਟੀ ਚੌਂਕ ਵੀ ਉੱਥੇ ਪਹੁੰਚੇ ਤੇ ਤਮਾਮ ਇਹਨਾਂ ਸਪੋਟਸ ਤੇ ਜਾ ਕੇ ਉਹਨਾਂ ਦੇ ਵੱਲੋਂ ਲਾਈਵ ਹੋਇਆ ਗਿਆ। ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਹ ਇਹ ਪ੍ਰੋਜੈਕਟ ਰੁਕਾਉਣਗੇ, ਜਿਹੜੇ ਡਿਵਾਈਡਰ ਬਣਾਏ ਜਾ ਰਹੇ ਨੇ, ਜਿਹੜੇ ਸਪੀਡ ਬ੍ਰੇਕਰ ਬਣਾਏ ਜਾ ਰਹੇ ਨੇ, ਇਹਦੇ ਨਾਲ ਸਿਰਫ ਸ਼ਹਿਰ ਦੀ ਆਵਾਜਾਈ ਜੋ ਹੈ ਪ੍ਰਭਾਵਿਤ ਹੋ ਰਹੀ ਹੈ, ਹੋਰ ਕੋਈ ਫਾਇਦਾ ਨਹੀਂ ਹੋ ਰਿਹਾ। ਜੇਕਰ ਫਾਇਦਾ ਹੋ ਰਿਹਾ ਤਾਂ ਸਿਰਫ ਉਹਨਾਂ ਬਾਬੂਆ ਅਫਸਰਾਂ ਨੂੰ ਹੋ ਰਿਹਾ ਜਿਨ੍ਹਾਂ ਨੇ ਇਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਪੈਸੇ ਕਮਾਉਣੇ ਨੇ। ਅੱਗੇ ਗੱਲ ਕਾਂਗਰਸ ਦੇ ਕਾਡੋ ਕਲੇਸ਼ ਦੀ ਕਰ ਲੈਂਦੇ ਹਾਂ। ਹੁਣ ਨਵਜੋਤ ਸਿੱਧੂ ਦੇ ਨਾਲ ਨਾਲ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ, ਇਹ ਵੀ ਹੁਣ ਨਾਰਾਜ਼ ਪਾਰਟੀ ਤੋਂ ਚੱਲ ਰਹੇ ਨੇ। ਅੱਜ ਦੂਸਰਾ ਦਿਨ ਸੀ ਦਵਿੰਦਰ ਯਾਦਵ ਹੋਰਾਂ ਦੇ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਨਾਲ ਮੀਟਿੰਗ ਦਾ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਹਨਾਂ ਦੋਵਾਂ ਲੀਡਰਾਂ ਦੇ ਵੱਲੋਂ ਸ਼ਿਰਕਤ ਨਹੀਂ ਕੀਤੀ ਗਈ, ਨਾਰਾਜ਼ਗੀ ਜਤਾਈ ਗਈ ਹੈ ਕਿਉਂਕਿ ਜਿਹੜੀਆਂ ਇੰਡੀਆ ਗੱਠਜੋੜ ਦੇ ਤਹਿਤ ਮੀਟਿੰਗਾਂ ਚੱਲ ਰਹੀਆਂ ਨੇ ਉਹਨਾਂ ਦਾ ਵਿਰੋਧ ਇਹਨਾਂ ਦੇ ਵੱਲੋਂ ਕੀਤਾ ਗਿਆ। ਭਾਰਤ ਭੂਸ਼ਣ ਆਸ਼ੂ ਤਾਂ ਵਿਜੀਲੈਂਸ ਦੇ ਚੱਕਰ ਕਈ ਕੱਢ ਕੇ ਆਏ ਨੇ, ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ। ਚਰਨਜੀਤ ਸਿੰਘ ਚੰਨੀ ਹੋਰਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਏ ਗਏ ਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ, ਉਹਨਾਂ ਦੇ ਬਦਲਾਅ ਦਾ ਵਿਰੋਧ ਕਰ ਰਹੇ ਹਾਂ, ਤਾਂ ਅਸੀਂ ਕਿਸ ਮੂੰਹ ਦੇ ਨਾਲ ਸਟੇਜ ਤੇ ਚੜ੍ਹ ਕੇ ਉਹਨਾਂ ਨੂੰ ਚੰਗੇ ਕਹਾਂਗੇ। ਤਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਇਹਨਾਂ ਮੀਟਿੰਗਾਂ ਦਾ ਕੋਈ ਵੀ ਮਤਲਬ ਨਹੀਂ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਗੜਜੜ ਹੋਵੇ। ਤਾਂ ਇਹਨਾਂ ਦੋਵਾਂ ਲੀਡਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਵਿਰੋਧ ਜਤਾਇਆ ਗਿਆ। ਨਵਜੋਤ ਸਿੰਘ ਸਿੱਧੂ ਖੁਦ ਨਹੀਂ ਮੀਟਿੰਗਾਂ ਦੇ ਵਿੱਚ ਪਹੁੰਚ ਰਹੇ, ਉਹ ਆਪਣੀਆਂ ਵੱਖਰੀਆਂ ਬਕਾਇਦਾ ਰੈਲੀਆਂ ਕੱਢ ਰਹੇ ਨੇ ਜਿੱਥੇ ਕਾਂਗਰਸ ਲਗਾਤਾਰ 2019 ਤੋਂ ਬਾਅਦ ਆਪਣੇ ਕਾਢੋ ਕਲੇਸ਼ਾਂ ਦੇ ਵਿੱਚ ਉਲਝੀ ਹੋਈ ਹੈ। 2022 ਦੀਆਂ ਚੋਣਾਂ ਵੀ ਇਹਨਾਂ ਦੇ ਵੱਲੋਂ ਹਾਰੀਆਂ ਗਈਆਂ ਤੇ ਹੁਣ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਆ ਰਹੀਆਂ ਨੇ ਜਿੱਥੇ ਸਾਰੀਆਂ ਪਾਰਟੀਆਂ ਇੱਕ ਮਤ ਇੱਕ ਰਾਏ ਹੋ ਕੇ 24 ਦੀਆਂ ਚੋਣਾਂ ਦੇ ਲਈ ਤਿਆਰੀਆਂ ਕਰ ਰਹੀਆਂ ਨੇ। ਉੱਥੇ ਕਾਂਗਰਸ ਹਲੇ ਵੀ ਆਪਣੇ ਨਿੱਜੀ ਅੰਦਰੂਨੀ ਕਾਟੋ ਕਲੇਸ਼ ਦੇ ਵਿੱਚ ਉਲਝੀ ਹੋਈ ਹੈ ਤੇ ਹੁਣ ਦੋ ਲੀਡਰ ਨਵੇਂ ਨਿਕਲ ਕੇ ਆਏ ਨੇ, ਚਰਨਜੀਤ ਸਿੰਘ ਚੰਨੀ ਤੇ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਦਵਿੰਦਰ ਯਾਦਵ ਨਵੇਂ ਇੰਚਾਰਜ ਲਗਾਏ ਗਏ ਨੇ, ਚੰਗੀ ਉਮੀਦ ਨਾਲ ਆਏ ਹੋਣਗੇ, ਪਰ ਸ਼ਾਇਦ ਹੌਲੀ ਹੌਲੀ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਸੁਭਾਅ ਤੋਂ ਉਹ ਜਾਣੂ ਹੋਣਗੇ ਕਿ ਇੱਕ ਦੀ ਇੱਕ ਨਾਲ ਬਣਦੀ ਆ, ਦੂਜੇ ਦੀ ਤੀਜੇ ਨਾਲ ਨਹੀਂ ਬਣਦੀ, ਤੀਜੇ ਦੀ ਪਹਿਲੇ ਨਾਲ ਨਹੀਂ ਬਣਦੀ, ਸ਼ਾਇਦ ਹੌਲੀ ਹੌਲੀ ਉਹਨਾਂ ਨੂੰ ਇਹ ਸੁਭਾਅ ਸਮਝ ਆਏਗਾ। ਤਾਂ ਫਿਲਹਾਲ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਲਾਈਨਸ। ਇਸ ਬੁਲੇਟਿਨ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਆਪਣੇ ਨਜ਼ਦੀਕੀਆਂ ਦੇ ਨਾਲ, ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਖਬਰਾਂ ਸੁਣਨ ਦਾ ਮੌਕਾ ਉਹਨਾਂ ਨੂੰ ਮਿਲੇ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸਾਨੂੰ ਤੁਹਾਡੀ ਲੋੜ ਹੈ।